santopare de către lacopare de la vorbi, pe istoria la prindere a oamenii. Au aia, s-a stat în bărbat cu o părbat, părbarele lipsa de mărei sociatice, părbarele de urmata, la dacă l-am stăt, ele, anul al lui Benzi, Bistiti, Oceanat, dispanserii de părbat o ei, fost fața la mie parte îndă. Azi vine să mă că eu știu că am venit că până anul roșii că am de două mii, să ne gândim o viață mare. Să fie pasalit,
ਸੱਚੀ ਸੇਤੀ ਰਹਿਣ ਉਹਨਾਂ ਦਾ ਸੱਚ ਜਿੱਤ ਵਾਲਾ ਜੀਵਨ ਸਦਾ ਹੀ ਅਮਰ ਉਹਨਾਂ ਦੀਆਂ ਜਿਹੜੀਆਂ ਚੁਣਾਵ ਰਸੀਆਂ ਦੀਆਂ ਬੰਦਗੀ ਕਰਨ ਵਾਲਿਆਂ ਦੀਆਂ ਧਰਤੀਆਂ ਵੀ ਅਸੀਂ ਵਿਕੁੰਠ ਦਾ ਗੁਰਦੁਆਰੇ ਹੋ ਗਏ ਬੇਅੰਤ ਦਰਬਤਾਂ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰਿਆਂ ਤੋਂ ਜਿਵੇਂ ਨਾਮ ਹੁੰਦੇ ਸੰਤ ਮਹਾਰਾਜ ਜੀ ਰੇਡੂ ਸਾਹਿਬ ਵਾਲੇ ਨੇ ਖੜੇ ਰਹਿਣਾ ਹੱਥ ਜੋੜ ਕੇ ਜਦ ਵੀ ਭੋਰਾ ਸਾਹਿਬ ਤੋਂ ਆਵਾਜ਼ ਆਉਣੀ ਗੋਖੇ ਦੀ ਸਪਰੀ ਤੋਂ ਆਵਾਜ਼ ਆਉਣੀ ਬਗੀਚੀ ਤੋਂ ਆਵਾਜ਼ ਆਉਣੀ ਤਾਂ ਮਹਾਰਾਜ ਨੇ ਸਾਵਧਾਨ ਹੋ ਜਾਣਾ ਬਜ਼ੁਰਗੀ ਹੋ ਜਾਣੀ ਇਹ ਜੋ ਰਗਤਾਂ ਪਰਮੇਸ਼ਰ ਦੀਆਂ ਲੈ ਕਰਕੇ ਆ ਮਾਤ ਲੋਕ ਦੀ ਧਰਤੀ 'ਤੇ ਨਿਕੁੰਠ ਬਣਾ ਦਿੱਤੇ ਕਿੰਨੇ ਸਾਹਿਬ ਤੋਂ ਜਿਹੋ ਜਿਹਾ ਤਖਤ ਹੈ ਉਹ ਧਰਤੀ ਤੋਂ ਸੰਤ ਰਤਵੀਰ ਸਿੰਘ ਜੀ ਮਹਾਰਾਜ ਗੁਰਦੁਆਰਾ ਸਾਹਿਬ ਵਾਲੇ ਸੰਤ ਅਜੀਤ ਸਿੰਘ ਜੀ ਗੁਰਦੁਆਰੇ ਵਾਲਿਆਂ ਦੇ ਸੁਪੁੱਤਰ ਦੇ ਲਈਏ ਕਿਉਂਕਿ ਬੜਾ ਮਹਾਨ ਦਰਜਾ ਗਏ ਪੁਰਖਾਂ ਦਾ ਸਾਰੇ ਸਤਪੁਰਖ ਕਿਹਦਾ ਕਿਹਦਾ ਨਾਮ ਲਵਾਂ ਸਾਰੇ ਜੀਵਤ ਬ੍ਰਹਮ ਗਿਆਨੀ ਮਹਾਂਪੁਰਖ ਦੀ ਉਪਮਾ ਕਰਨ ਵਾਸਤੇ ਆਏ ਹਾਂ ਪਰ ਫਿਰ ਵੀ ਮਹਾਰਾਜ ਕਹਿੰਦੇ ਸਾਧਕ ਦੀ ਉਪਮਾ ਕੇ ਗੁਣ ਤੇ ਦੂਰ ਸਾਧਕ ਦੀ ਉਪਮਾ ਲਗੀ ਪਰ ਭੋਗ ਕਹਿੰਦੇ ਸਾਧੂ ਦੀ ਉਪਮਾ ਵਾਂਗ ਤੋਂ ਬਾਅਦ ਲੰਗਰ ਛਕਿਆ ਲੰਗਰ ਛਕਣ ਤੋਂ ਬਾਅਦ ਮਹਾਰਾਜ ਨੇ ਚੁਟਕੀ ਮਾਰੀ ਆਏ ਦੋਏ ਹੱਥ ਮਹਾਰਾਜ ਜੀ ਇੱਕ ਸ਼ਬਦ ਵੀ ਬੋਲਿਆ ਉਹ ਸਰੂਪ ਬੜਾ ਸੋਹਣਾ ਲੱਗਦਾ ਹੈ ਚਾਹ ਵੀ ਸਾਸਤ ਭਾਣੇ ਦਾ ਇੰਟਰਨੈਟ ਲਾਗੋ ਠੰਡ ਉਹ ਸਭ ਮਹਾਂਪੁਰਖਾਂ ਨੇ ਬੋਲੇ ਪਰ ਜਦੋਂ ਮਹਾਰਾਜ ਜੀ ਨੇ ਗੱਡੀ ਦਾ ਗਾਉਣਾ ਕੀਤਾ ਕਰਕੇ ਰਹਿਣ ਵਸੇਰਾ ਪੂਜਾ ਪੁਰਖ ਦਿੱਲੀਆਂ ਪਰ ਜਦੋਂ ਉਹ ਸਮਾਂ ਆਇਆ ਹਾਪੜ ਤੋਂ ਮਹਾਰਾਜ ਜੀ ਰਹਿਣ ਦੇ ਲਈ ਨੇ ਪਰ ਲੈਣ ਤੋਂ ਵੀ ਇਹ ਗੀਤਾ ਬੋਲਦੇ ਰਹੇ ਉਹ ਪਰਿਵਾਰਾਂ ਨੂੰ ਵੀ ਮਹਾਰਾਜ ਜਾਣਕਾਰੀ ਦਿੰਦੇ ਰਹੇ ਭਾਈ ਇਹ ਸਮਾਂ ਜਿਹੜਾ ਕੋਈ ਡੈਥ ਹੋ ਜਾਏ ਕੋਈ ਮੌਤ ਹੋ ਜਾਏ ਵੀ ਮੇਟੂ ਸਰੀਰ ਨੂੰ ਪੰਜਾਬ ਤੱਕ ਲਿਜਾਣ ਦਾ ਨਹੀਂ ਹੋਏ ਪਰ ਅਗਾਂਧਾ ਮਾਰਦੇ ਰਹੇ ਸਮਝਣਾ ਬੜਾ ਔਖਾ ਹੈ ਬ੍ਰਹਮ ਗਿਆਨੀ ਦੀ ਗੱਲ ਬ੍ਰਹਮ ਗਿਆਨੀ ਜਾਣੇ ਪਰ ਆਓ ਸਮਾਂ ਹੋ ਗਿਆ ਮੈਂ ਦਾਦਾ ਵਿਸਾਰ ਕਿਤਨਾ ਜਾਵਾਂ ਧੰਨਵਾਦ ਜਾਵਾਂ ਤਾਂ ਵੀ ਟਕਸਾਲ ਅਤੇ ਰਾਣਾ ਸਾਹਿਬ ਦਾ ਬਹੁਤ ਵੱਡਾ ਸੁਨੇਹ ਹੈ ਪਿਆਰ ਹੈ ਇੱਕ ਗੱਲ ਮੈਂ ਵੀ ਕਹਿੰਦੇ ਹਾਂ ਕਿ ਗੁਰਸ਼ਬਦ ਨੂੰ ਮਸਤਵਾਣਾ ਸਾਹਿਬ ਅਤੇ ਰਾਣਾ ਸਾਹਿਬ ਦਾ ਵੀ ਬਹੁਤ ਵੱਡਾ ਸੁਨੇਹ ਹੈ ਕਿਉਂ ਸੰਤ ਬਹਾਦਰ ਜੀ ਨੇ ਦਮਦਮਾ ਸਾਹਿਬ ਦੀ ਧਰਤੀ ਤੋਂ ਬਰਕਤਾਂ ਲਈਆਂ ਹਰ ਕੀਰਤਨ ਦੀਆਂ ਦਾਤਾਂ ਭਾਵੇਂ ਰੇਡੂ ਸਾਹਿਬ ਵਾਲਿਆਂ ਨੇ ਵੀ ਬਖਸ਼ੀਆਂ ਪਰ ਸੰਤ ਮਹਾਰਾਜ ਬਾਬਾ ਦਸਵੀਂ ਜੀ ਮਸਤਵਾਣਾ ਸਾਹਿਬ ਵਾਲਿਆਂ ਨੇ ਦੋਵੇਂ ਹੱਥ ਰੱਖ ਦੀ ਸੀਸ 'ਤੇ ਕਿਹਾ ਕਿ ਲਓ ਸੰਤ ਜੀ ਇਹ ਬਾਲਕ ਦਾ ਐਸਾ ਇੱਕ ਖਿੱਚਵਾਂ ਸਰੂਪ ਬਣੇਗਾ ਰੂਹਾਨੀ ਸਰੂਪ ਬਣੇਗਾ ਲੋਕ ਰਾਹਾਂ 'ਚ ਖੜ ਖੜ ਕੇ ਦਰਸ਼ਨ ਕਰਿਆ ਖਾਲੀ ਬਰਕਤਾਂ ਕਿੰਨੀਆਂ ਬਰਕਤਾਂ ਮਹਾਂਪੁਰਖਾਂ ਨੇ ਇਕੱਠੀਆਂ ਕੀਤੀਆਂ ਪਰ ਉਹ ਸਮਾਂ ਜੋ ਸੱਚ ਦੇ ਸਰੂਪ ਦਾ ਉਹਲੇ ਹੋਣਾ ਉਹ ਬੜਾ ਹੀ ਯਤਨਾ ਹੈ ਉਦੋਂ ਫਿਰ ਜਦੋਂ ਖਬਰ ਆਈਆਂ ਜਦੋਂ ਸੱਚ ਦਾ ਸਰੂਪ